पंजाब में बह रहे नशे के छठे दरिया को रोकने के लिए जहां सरकार प्रयासरत है वहीं लोकल एडमिनिस्ट्रेशन द्वारा अभी इस तरफ कदम बढ़ाए जा रहे हैं ताकि युवाओं को नशे की दलदल से बाहर निकाला जा सके इसी के चलते आज पुलिस प्रशासन और सिविल प्रशासन के बीच फ्रेंडली मैच खेला गया जिसमे युवाओं को नशे ऐसी दूर रहने का संदेश दिया गया इस मौके आरोप पत्रकारों से बात करते हुए एस एस ने बताया की नशा समाज का दुश्मन है और युवाओं को नशे की दलदल से बाहर निकालने के लिए उनके द्वारा ये फ्रेंडली मैच खेला गया है ਔਰ ਯੁਵਾਵਾਂ ਕੋ ਸੰਦੇਸ਼ ਦੇਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੈ ਨਸ਼ੇ ਤੋਂ ਦੂਰ ਰਹੇ ਖੇਡੂ ਕੀ ਤਰਫ ਪ੍ਰੇਰਿਤ ਹੋ ਔਰ ਆਪਣਾ ਭਵਿਸ਼ਯ ਉਜਵਲ ਬਣਾਏ ਸਰ ਅੱਜ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਜਿਲ੍ਹਾ ਮੈਚ ਖੇਡਿਆ ਜਾ ਰਿਹਾ ਹੈ ਕੀ ਨਸੀਤਾ ਜਾ ਰਿਹਾ ਹੈ ਬਹੁਤ ਕਲੀਅਰ ਮੈਸੇਜ ਹੈ ਜੀ ਸਾਡਾ ਖਾਸ ਕਰਕੇ ਪੰਜਾਬ ਦੇ ਅੰਦਰ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਜਿਵੇਂ ਖੇਡਾਂ ਵਾਲੇ ਪਾਸੇ ਨੂੰ ਸਰਕਾਰ ਦੀ ਇੱਕ ਬੜਾ ਸ਼ਾਨਦਾਰ ਰੂਟ ਮੈਪ ਬਣਾਇਆ ਸਰਕਾਰ ਨੇ ਔਰ ਤੁਸੀਂ ਦੇਖਿਆ ਖੇਡਾਂ ਵਤਨ ਪੰਜਾਬ ਦੀ ਉਹਦਾ ਇੱਕ ਪ੍ਰਗਟਾਵਾ ਲੱਖਾਂ ਲੱਖਾਂ ਵਿਦਿਆਰਥੀ ਸਾਡੇ ਪਿੰਡਾਂ ਚੋਂ ਗਲੀਆਂ ਚੋਂ ਮੁਹੱਲਿਆਂ ਚੋਂ ਨਿਕਲ ਗਏ ਮੈਦਾਨਾਂ ਚ ਆਏ ਔਰ ਬੜੀਆਂ ਵੱਡੀਆਂ ਜਿਹੜੀਆਂ ਉਹਨਾਂ ਨੇ ਮੱਲਾ ਮਾਰੀਆਂ ਆ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਨੂੰ ਜਿਹੜਾ ਰੰਗਲਾ ਬਣਾਉਣ ਦਾ ਮੁੱਖ ਮੰਤਰੀ ਸਾਹਿਬ ਦਾ ਸੰਕਲਪ ਹੈ ਉਹ ਬਸ ਇਸੇ ਤਰ੍ਹਾਂ ਆ ਵੀ ਜਾਨਵਰ ਮਾਨਸ ਦੇ ਜਿਹੜੇ ਛੋਟੇ ਛੋਟੇ ਸਵਾਲ ਨੇ ਜਾਨਵਰ ਮਾਨਸ ਨੂੰ ਨਰਸ਼ੀਆਂ ਚੋਂ ਕਿਦਾਂ ਅ ਵਿਚੋ ਕੱਢ ਕੇ ਤਾਂ ਉਹਦੇ ਲਈ ਖੇਡਾਂ ਇੱਕ ਬਹੁਤ ਵੱਡਾ ਰੋਲਦਾ ਕਰਦੀਆਂ ਨੇ ਤੋਂ ਮੈਂ ਮਹਿਸੂਸ ਕਰਦਾ ਤੇ ਬੜਾ ਸ਼ਾਨਦਾਰ ਯਤਨ ਔਰ ਮੈਂ ਅੱਜ ਆਪਣੇ ਅਫੀਸਰ ਸਾਹਿਬਾਨ ਨੂੰ ਜਦੋਂ ਖੇਡ ਦੇ ਮੈਦਾਨ 'ਚ ਦੇਖਿਆ ਤੇ ਮੈਨੂੰ ਵੀ ਲੱਗਦਾ ਵੀ ਮੈਂ ਵੀ ਪੁਰਾਣੇ ਮੂਡ 'ਚ ਆਵਾਂ ਥੋੜਾ ਜਿਹਾ ਖੇਡਿਆ ਜਾਵੇ। ਮੈਂ ਵੀ ਥੋੜਾ ਬੋਧਾ ਯਤਨ ਕਰਾਂਗਾ ਪਰ ਕਿਉਂਕਿ ਖੇਡਾਂ ਦੇਖੋ ਜਿੱਥੇ ਮਨੁੱਖ ਨੂੰ ਤੰਦਰੁਸਤੀ ਦਿੰਦੀਆਂ ਨੇ ਉੱਥੇ ਖੇਡਾਂ ਭਾਈਚਾਰਾ ਵੀ ਪੈਦਾ ਕਰਦੀਆਂ ਸਮਾਜ 'ਚ। ਜਦੋਂ ਸਾਡੇ ਕ੍ਰਿਕਟ ਦੇ ਖਿਡਾਰੀ ਜਾ ਕੇ ਬਾਹਰਲੇ ਮੁਲਕਾਂ 'ਚ ਖੇਡਦੇ ਆ ਤੇ ਸਾਰੇ ਭਾਰਤ ਦੇ ਲੋਕਾਂ ਨੂੰ ਉਲਾਸ ਹੁੰਦਾ ਵੀ ਆਪਣੀ ਟੀਮ ਜਿੱਤ ਰਹੀ ਹੈ ਸੋ ਇੱਕ ਭਾਈਚਾਰਾ ਵੀ ਕ੍ਰੀਏਟ ਕਰਦੀਆਂ ਨੇ ਤੰਦਰੁਸਤੀ ਵੀ ਦਿੰਦੀਆਂ ਨੇ ਤੇ ਅੱਗੇ ਵਧਣ ਦੇ ਚਾਂਸ ਵੀ ਨੇ ਖੇਡਾਂ ਦੇ ਰਾਈ ਬਹੁਤ ਸਾਰੇ ਹੱਥ ਲੀਡ ਤੁਸੀਂ ਦੇਖਿਆ ਵੱਖ-ਵੱਖ ਮਹਿਮਿਆਂ ਦੇ ਅੰਦਰ ਵੱਡੀਆਂ ਪੋਜੀਸ਼ਨਾਂ 'ਚ ਗਏ ਨੇ ਸੋ ਖੇਡਾਂ ਤਾਂ ਬੜੀਆਂ ਕਮਾਲ ਦੀਆਂ ਸਾਡੀਆਂ ਹੈਗੀਆਂ ਨੇ ਪੰਜਾਬ ਦੀਆਂ ਵਿਸ਼ੇਸ਼ ਤੌਰ ਤੇ ਸਾਡੀਆਂ ਟ੍ਰੈਡੀਸ਼ਨਲ ਜਿਹੜੀਆਂ ਗੇਮਜ਼ ਨੇ ਪੰਜਾਬ ਦੀਆਂ ਸੋ ਜਿਵੇਂ ਸਰਕਾਰ ਦਾ ਜਤਨ ਵੀ ਆ ਤੇ ਅੱਜ ਮੈਂ ਉਹਨਾਂ ਜਤਨਾਂ ਨੂੰ ਇੱਥੇ ਜਿਹੜਾ ਬੋਰਪੰਦਾ ਦੇਖ ਰਹੇ ਆ ਬੜੀ ਸਾਡੀ ਸ਼ਾਨਦਾਰ ਦੋਨੋਂ ਟੀਮਾਂ ਇੱਕ ਪਾਸੇ ਏਰੀਗਿਸ ਦੀ ਟੀਮ ਹੈ ਦੂਜੇ ਪਾਸੇ ਪੰਜਾਬ ਪੁਲਿਸ ਦੀ ਸਾਡੇ ਜ਼ਿਲ੍ਹੇ ਦੀਆਂ ਟੀਮਾਂ ਨੇ ਤੇ ਅੱਛੀ ਕ੍ਰਿਕਟ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ ਸੋ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਖੇਡ ਹੋਏਗੀ ਜਿੱਤੇ ਕੋਈ ਹਾਰੇ ਕੋਈ ਆਪਾਂ ਖੇਡ ਨੂੰ ਪ੍ਰਮੋਟ ਕਰਨਾ ਤੇ ਪੰਜਾਬ ਜਿੰਦਾਬੱਸਾ ਰਹੇ ਇਹ ਸਾਡੀਆਂ ਦੁਆਵਾਂ ਸਰ ਨਗਰਿਕ ਕਮ ਇਲੈਕਸ਼ਨ ਆ ਗਏ ਨੇ ਤੁਹਾਡੇ ਹਲਕੇ ਵਿੱਚ ਵੀ ਇੱਕ ਨਗਰ ਪੰਚਾਇਤ ਪੈਂਦੀ ਆ ਕਿਸ ਤਰ੍ਹਾਂ ਦੀ ਤੇ ਆ ਗਈ ਤੁਹਾਡੀ ਅੱਜ ਖੇਡਾਂ ਦੀ ਕੀ ਗੱਲ ਕਰ ਲਈਏ ਤੇ ਚੋਣਾਂ ਤਾਂ ਚਲਦੀਆਂ ਰਹਿੰਦੀਆਂ ਚੋਣਾ ਵੀ ਪਾਸ ਸਮਾਜ ਦਾ ਪਾੜਨ ਚੋਣਾ ਲੜਾਂਗੇ ਤਗੜੇ ਹੋ ਕੇ ਲੜਾਂਗੇ ਸਰਕਾਰ ਦੇ ਕਮਾ ਤੇ ਲੜਾਂਗੇ ਸੋ ਅੱਜ ਖੇਡਾਂ ਤੇ ਖੇਡਾਂ ਨੂੰ ਅਸੀਂ ਜਿਹੜਾ ਆ ਉਹ ਪ੍ਰੋਮੋਟ ਕਰਨਾ ਚਾਹੁੰਦੇ ਆ ਤੇ ਸਾਡਾ ਸਾਰਾ ਸੰਕਲਪ ਇਸੇ ਕਰਾ ਆ ਮੈਜਿਕ ਦੀ ਇਸ਼ਰਾਜ ਆ ক্রিকেট ਨੂੰ ਥੋੜਾ ਪ੍ਰੋਮੋਟ ਕਰਨ ਦੀ ਮਨਸਾ ਨਾਲ ਇੱਥੇ ਆਏ ਆ ਅਮਰਸਰ ਤੋਂ ਵਾਟਰ ਸੋਰਸਸ ਟੀਮ ਵਰਸਸ ਪੰਜਾਬ ਪੁਲਿਸ ਪਠਾਨਕੋਟ ਨਾਲ ਮੈਚ ਹੈ ਐਸਐਸਪੀ ਖੁਦ ਖੇល ਰਹੇ ਆ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜੋ ਬੱਚੇ ਗਲਤ ਸਾਈਡਾਂ ਤੇ ਪੈ ਰਹੇ ਨੇ ক্রিকেট ਜਾਂ ਕੋਈ ਵੀ ਗੇਮ ਉਹਨਾਂ ਲਈ ਬਹੁਤ ਜ਼ਰੂਰੀ ਹੈ ਚਾਹੇ ਉਹ ਕਿਸੇ ਵੀ ਉਮਰ ਚ ਹੋਵੇ ਗੇਮਾਂ ਅੱਜ ਕੱਲ੍ਹ ਦੇ ਮਾਹੌਲ 'ਚ ਬਹੁਤ ਜ਼ਰੂਰੀ ਹੋ ਗਈਆਂ ਇਸ ਲਈ ਇੱਕ ক্রিকেট ਨੂੰ ਜਾਂ ਕਿਸੇ ਵੀ ਗੇਮ ਨੂੰ ਸਿਰਫ ਇੱਕ ਪ੍ਰਮੋਟ ਕਰਨ ਲਈ ਅੱਜ ਅਸੀਂ ਇੱਥੇ ਆ ਅਮਰਸਰ ਤੋਂ ਆਏ ਆ ਤੇ ਐਸਐਸਪੀ ਖੁਦ ਖੇល ਰਹੇ ਆ ਤੇ ਬਸ ਇਹੀ ਕਹਾਂਗਾ ਕਿ ਹਰ ਮੇਰਾ ਹੀ ਮੈਸੇਜ ਹੈ ਕਿ ਹਰ ਬੱਚਾ ਜਵਾਨ ਜਾਂ ਜਿਸ ਮਰਜ਼ੀ ਐਚ ਹੋਵੇ ਉਹਨੂੰ ਆ ਖੇਲਨਾ ਚਾਹੀਦਾ ਕੋਈ ਵੀ ਗੇਮ ਹੋਵੇ ਜਿਹੜਾ ਮੈਚ ਹੈ ਦੋ ਪੁਲਸ ਪ੍ਰਸ਼ਾਸਨ ਤੇ ਦੂਸਰੇ ਐਡਮਿਨਿਸਟ੍ਰੇਸ਼ਨ ਵਿਚ ਘਟਾਇਆ ਜਾ ਰਿਹਾ ਕਿ ਸੰਦੇਸ਼ ਦੇਣ ਕੋਸ਼ਿਸ਼ ਬੇਸਿਕ ਸੰਦੇਸ਼ ਤਾਂ ਹੈਗਾ ਜੀ ਵੀ ਗੇਮਸ ਨੂੰ ਪ੍ਰੋਮੋਟ ਕਰੀਏ ਜਿਹੜੀ ਡਰਗ ਦੀ ਸਾਡੀ ਮੇਜਰ ਪ੍ਰੋਬਲਮ ਹੈਗੀ ਆ ਉਹ ਉਹਦੇ ਵਿੱਚ ਇੱਕ ਇਹ ਵੀ ਏਰੀਆ ਹੈਗਾ ਤਰੀਕਾ ਜਿਹਦੇ ਨਾਲ ਅਸੀਂ ਠੀਕ ਕਰ ਸਕਦੇ ਹਾਂ ਅਸੀਂ ਸਾਰੇ ਜਣੇ ਡਿਸਟ੍ਰਿਕਟ ਜਿਹੜੇ ਹੈੱਡ ਹੈਗੇ ਆ ਉਹ ਤਾਂ ਕਰਕੇ ਖੇਡ ਰਹੇ ਆ ਵੀ ਜਿਹੜਾ ਸਾਡਾ ਯੂਥ ਹੈਗਾ ਉਹ ਗੇਮਸ ਵੱਲ ਪ੍ਰੇਰਿਤ ਹੋਵੇ ਤਾਂ ਕਿ ਅਸੀਂ ਨਸ਼ੇ ਛੱਡ ਕੇ ਤੇ ਖੇਡੀਏ ਠੀਕ ਹੈ